ਲਿਵਿੰਗ ਇੰਡੀਆ ਨਿਊਜ਼ ਦੇਖ ਰਹੇ ਹੋ ਤੁਸੀਂ, ਮੈਂ ਤੁਹਾਡੇ ਨਾਲ ਅਮਿਤ ਕੁਮਾਰ। ਇਸ ਵੇਲੇ ਦੀ ਬਹੁਤ ਵੱਡੀ ਖਬਰ, ਸ਼ੰਭੂ ਬਾਰਡਰ ਤੇ ਜਿਹੜੇ ਕਿਸਾਨ ਡਟੇ ਹੋਏ ਨੇ ਪਿਛਲੇ 5 ਮਹੀਨਿਆਂ ਤੋਂ, ਮੋਰਚਾ ਲੱਗਿਆ ਹੋਇਆ ਹੈ, ਉਸ ਨੂੰ ਲੈ ਕੇ ਹਾਈ ਕੋਰਟ ਦੇ ਵਿੱਚ ਸੁਣਵਾਈ ਹੋਈ ਹੈ। ਹਾਈ ਕੋਰਟ ਨੇ ਹਰਿਆਣਾ ਸਰਕਾਰ ਨੂੰ ਫਟਕਾਰ ਲਗਾਈ ਹੈ, ਝਾੜ ਪਾਈ ਹੈ ਤੇ ਨਾਲ ਹੀ ਕਿਹਾ ਕਿ ਇੱਕ ਹਫ਼ਤੇ ਦੇ ਵਿੱਚ ਜਿਹੜੀ ਤੁਸੀਂ ਬੈਰੀਕੇਡਿੰਗ ਕੀਤੀ ਹੋਈ ਹੈ, 7 ਲੇਅਰ ਦੀ ਬੈਰੀਕੇਡਿੰਗ ਕਿਸਾਨਾਂ ਨੂੰ ਰੋਕਣ ਵਾਸਤੇ, ਦਿੱਲੀ ਜਾਣ ਤੋਂ ਰੋਕਣ ਵਾਸਤੇ ਜਿਹੜੀ ਕੀਤੀ ਹੋਈ ਸੀ, ਉਸ ਨੂੰ ਹਟਾਉਣ ਦੇ ਹੁਕਮ ਦੇ ਦਿੱਤੇ ਨੇ। ਪੰਜਾਬ ਹਰਿਆਣਾ ਹਾਈ ਕੋਰਟ ਦੇ ਵੱਲੋਂ ਇਹ ਹੁਕਮ ਸੁਣਾ ਦਿੱਤੇ ਗਏ ਨੇ ਤੇ ਹਰਿਆਣਾ ਸਰਕਾਰ ਨੂੰ, ਯਾਨੀ ਕਿ ਹੁਣ ਹਰਿਆਣਾ ਪ੍ਰਸ਼ਾਸਨ ਨੂੰ ਵੀ ਆਪਣੇ ਇਹਨਾਂ ਹੱਥਾਂ ਪੈਰਾਂ ਦੀ ਪੈ ਗਈ ਹੋਈ ਹੈ ਕਿ ਜਿਹੜੇ ਬੈਰੀਕੇਡ ਲਗਾਏ ਹੋਏ ਸੀ, ਜਿਹੜੇ ਸੀਮੈਂਟ ਦੀ ਕੰਕਰੀਟ ਉੱਥੇ ਕੀਤੀ ਹੋਈ ਸੀ, ਜਿਹੜੇ ਲੋਹੇ ਦੇ ਕਿੱਲ ਉੱਥੇ ਲਗਾਏ ਗਏ ਸੀ, JCB ਮਸ਼ੀਨਾਂ ਲਗਾਈਆਂ ਗਈਆਂ ਸੀ, ਪਾਣੀ ਵਾਲੀਆਂ ਮਸ਼ੀਨਾਂ ਲਗਾਈਆਂ ਗਈਆਂ ਸੀ, ਉਹ ਤਮਾਮ ਮਸ਼ੀਨਾਂ, ਉਹ ਤਮਾਮ ਬੈਰੀਕੇਡ, ਉਹ ਤਮਾਮ ਕੰਕਰੀਟ ਕੀਤੇ ਹੋਏ ਬੈਰੀਕੇਡ ਹਟਾਉਣੇ ਪੈਣਗੇ। ਇਹ ਹੁਕਮ ਪੰਜਾਬ ਹਰਿਆਣਾ ਹਾਈ ਕੋਰਟ ਨੇ ਸੁਣਾ ਦਿੱਤੇ ਨੇ ਤੇ ਇਸ ਬਾਬਤ ਕਿਸਾਨਾਂ ਦੇ ਵਿੱਚ ਇੱਕ ਤਰ੍ਹਾਂ ਦਾ ਜੋ ਦਲੀਲ ਦਿੱਤੀ ਜਾ ਰਹੀ ਸੀ, ਤੰਜ ਕੱਸਿਆ ਜਾ ਰਿਹਾ ਸੀ ਕਿ ਅਸੀਂ ਤਾਂ ਸ਼ਾਂਤੀ ਦੇ ਤੌਰ ਤੇ ਜਾ ਰਹੇ ਸੀ ਦਿੱਲੀ, ਕਿਉਂਕਿ ਕੇਂਦਰ ਸਰਕਾਰ ਕੋਲ ਸਾਡੀਆਂ ਮੰਗਾਂ ਸੀ, ਉਹਨਾਂ ਮੰਗਾਂ ਦੀ ਪੂਰਤੀ ਦੇ ਲਈ ਸਾਡਾ ਦਿੱਲੀ ਕੂਚ ਦਾ ਐਲਾਨ ਸੀ, ਤੇ ਜਿਹੜੇ ਰਸਤੇ ਨੇ ਉਹ ਹਰਿਆਣਾ ਸਰਕਾਰ ਦੇ ਵੱਲੋਂ ਰੋਕੇ ਗਏ ਨੇ ਤੇ ਉਹ ਦਲੀਲ ਕਿਤੇ ਨਾ ਕਿਤੇ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਫਿੱਟ ਵੀ ਬੈਠੀ ਹੈ ਤੇ ਉਸੇ ਦੇ ਤਰਜ ਤੇ ਇਹ ਹੁਕਮ ਸੁਣਾ ਦਿੱਤੇ ਗਏ ਨੇ ਕਿ ਜਿਹੜੇ ਬੈਰੀਕੇਡ ਲਗਾਏ ਗਏ ਨੇ ਕਿਸਾਨਾਂ ਨੂੰ ਰੋਕਣ ਦੇ ਲਈ, ਜਿਸ ਦੇ ਨਾਲ ਬਹੁਤ ਨੁਕਸਾਨ ਹੋਇਆ, ਆਮ ਲੋਕਾਂ ਨੂੰ ਨੁਕਸਾਨ ਹੋਇਆ, ਵਪਾਰਕ ਧੰਦਿਆਂ 'ਤੇ ਨੁਕਸਾਨ ਹੋਇਆ, ਰੋਜ਼ ਦੀ ਜਿਹੜੀ ਆਵਾਜਾਈ ਹੁੰਦੀ ਹੈ ਉਸ ਨੂੰ ਨੁਕਸਾਨ ਹੋਇਆ, ਟਰਾਂਸਪੋਰਟ ਵਿਭਾਗ ਨੂੰ ਨੁਕਸਾਨ ਹੋਇਆ, ਪੰਜਾਬ ਅਤੇ ਹਰਿਆਣਾ ਦੀ ਜਿਹੜੀ ਹੱਦ ਸੀ ਉਸ ਨੂੰ ਹੀ ਬਲੌਕ ਕਰ ਦਿੱਤਾ ਗਿਆ ਸੀ, ਯਾਨੀ ਕਿ ਜਿੱਥੇ ਹਜ਼ਾਰਾਂ ਲੱਖਾਂ ਦੀ ਗਿਣਤੀ ਦੇ ਵਿੱਚ ਰੋਜ਼ਾਨਾ ਜਿਹੜੇ ਵਹੀਕਲ ਲੰਘਦੇ ਹੁੰਦੇ ਸੀ, ਸ਼ੰਭੂ ਉੱਥੇ ਇੱਕ ਟੋਲ ਵੀ ਹੈ ਜਿਹੜਾ ਕਿ ਬੜਾ ਕਾਫੀ ਮਸ਼ਹੂਰ ਹੈ, ਉਸ 'ਤੇ ਜੋ ਲੱਖਾਂ ਦੀ ਗਿਣਤੀ ਦੇ ਵਿੱਚ ਰੋਜ਼ਾਨਾ ਆਵਾਜਾਈ ਹੁੰਦੀ ਸੀ ਉਹ ਬਿਲਕੁਲ ਪੂਰੀ ਤਰ੍ਹਾਂ ਠੱਪ ਹੋ ਗਈ ਸੀ। ਲੋਕ ਕੱਚੇ ਰਸਤਿਆਂ ਦੇ ਜ਼ਰੀਏ ਜਾਂਦੇ ਸੀ, ਆਸੇ ਪਾਸੇ ਦੇ ਜਿਹੜੇ ਪਿੰਡਾਂ ਦੇ ਲੋਕ ਸੀ ਉਹ ਤੰਗ ਪਰੇਸ਼ਾਨ ਹੁੰਦੇ ਸੀ, ਉਹਨਾਂ ਦੇ ਵੱਲੋਂ ਕਈ ਵਾਰ ਕਿਸਾਨ ਲੀਡਰਾਂ ਦੇ ਨਾਲ ਮੁਲਾਕਾਤ ਕੀਤੀ ਗਈ, ਮੰਗ ਪੱਤਰ ਸੌਂਪੇ ਗਏ ਅਤੇ ਇਹਨਾਂ ਦੇ ਚੱਲਦਿਆਂ ਉੱਥੇ ਕਲੈਸ਼ ਵੀ ਦੇਖਣ ਨੂੰ ਮਿਲੇ, ਉੱਥੇ ਲੜਾਈਆਂ ਵੀ ਦੇਖਣ ਨੂੰ ਮਿਲੀਆਂ, ਕਿਸਾਨ ਆਗੂ ਅਤੇ ਆਮ ਜਿਹੜੇ ਸਥਾਨਕ ਲੋਕ ਨੇ ਆਮੋ ਸਾਹਮਣੇ ਹੁੰਦੇ ਹੋਏ ਵੀ ਦਿਖਾਈ ਦਿੱਤੇ। ਪਰ ਹਰਿਆਣਾ ਸਰਕਾਰ ਦੇ ਲਈ ਇਹ ਝਟਕਾ, ਇਹ ਬੈਰੀਕੇਡ ਉਦੋਂ ਲਗਾਏ ਗਏ ਸੀ ਜਦੋਂ ਮਨੋਹਰ ਲਾਲ ਖੱਟਰ ਮੁੱਖ ਮੰਤਰੀ ਦੀ ਕੁਰਸੀ 'ਤੇ ਬੈਠੇ ਹੋਏ ਸੀ, ਪਰ ਹੁਣ ਮੌਜੂਦਾ ਸਮੇਂ ਦੇ ਵਿੱਚ ਨਾਇਬ ਸੈਣੀ ਹਰਿਆਣਾ ਦੇ ਮੁੱਖ ਮੰਤਰੀ ਦੀ ਕੁਰਸੀ 'ਤੇ ਬੈਠੇ ਨੇ। ਇਹ ਹੁਕਮ, ਇਹ ਆਰਡਰ ਦੀ ਕਾਪੀ ਉਹਨਾਂ ਤੀਕਰ ਪਹੁੰਚ ਗਈ ਹੈ ਅਤੇ ਇੱਕ ਹਫ਼ਤੇ ਦੇ ਵਿੱਚ ਉਹਨਾਂ ਨੂੰ ਇਹ ਬੈਰੀਕੇਡ ਹਟਾਉਣ ਦੇ ਹੁਕਮ ਦੇ ਦਿੱਤੇ ਗਏ ਨੇ। ਹੁਣ ਕਿਸਾਨਾਂ ਦਾ ਅਗਲਾ ਐਕਸ਼ਨ ਪਲਾਨ ਕੀ ਹੋਏਗਾ, ਇਹ ਦੇਖਣ ਵਾਲੀ ਗੱਲ ਹੋਏਗੀ, ਕਿਉਂਕਿ ਕਿਸਾਨ ਕਹਿ ਰਹੇ ਸੀ ਕਿ ਅਸੀਂ ਸ਼ਾਂਤਮਈ ਢੰਗ ਦੇ ਨਾਲ ਦਿੱਲੀ ਦੇ ਵੱਲ ਕੂਚ ਕਰਾਂਗੇ, ਜਿਹੜੀਆਂ ਸਾਡੀਆਂ ਮੰਗਾਂ ਨੇ MSP ਨੂੰ ਲੈ ਕੇ, ਸਾਡੀਆਂ ਮੰਗਾਂ ਨੇ ਜਿਹੜੇ ਸ਼ਹੀਦ ਹੋਏ ਕਿਸਾਨ ਨੇ ਉਹਨਾਂ ਦੇ ਮੁਆਵਜ਼ੇ ਨੂੰ ਲੈ ਕੇ ਸਾਡੀਆਂ ਮੰਗਾਂ ਨੇ, ਜਿਹੜੇ ਕਿਸਾਨਾਂ 'ਤੇ ਪਰਚੇ ਦਰਜ ਹੋਏ ਜਾਂ ਜਿਹੜੇ ਵਾਹਨ ਜ਼ਬਤ ਕੀਤੇ ਹੋਏ ਸੀ ਉਹਨਾਂ ਦੇ, ਉਹ ਤਮਾਮ ਮੰਗਾਂ ਨੇ, ਉਹਨਾਂ ਤਮਾਮ ਮੰਗਾਂ ਨੂੰ ਲੈ ਕੇ ਅਸੀਂ ਦਿੱਲੀ ਕੂਚ ਕਰਨਾ। ਅਤੇ ਜੇਕਰ ਦਿੱਲੀ ਕੂਚ ਹੁਣ ਕਿਸਾਨ ਕਰਨਗੇ ਤਾਂ ਕੀ ਉਹ ਪੁਰਾਣਾ ਹਾਲ ਦੇਖਣ ਨੂੰ ਮਿਲੇਗਾ ਜਦੋਂ ਕੁੰਡਲੀ ਬਾਰਡਰ ਦੇ ਉੱਤੇ ਕਿਸਾਨ ਬੈਠ ਗਏ ਸੀ, ਜਾਂ ਫਿਰ ਕੀ ਕਿਸਾਨਾਂ ਨੂੰ ਕੋਈ ਗਰਾਊਂਡ ਦਿੱਤਾ ਜਾਵੇਗਾ, ਜਿਵੇਂ ਕਿ ਰਾਮਲੀਲਾ ਗਰਾਊਂਡ ਦਿੱਲੀ ਦੇ ਵਿੱਚ ਬੜਾ ਮਸ਼ਹੂਰ ਗਰਾਊਂਡ ਹੈ, ਉੱਥੇ ਵੱਡੇ ਧਰਨੇ ਪ੍ਰਦਰਸ਼ਨ ਹੋਏ ਨੇ, ਜਦੋਂ ਲੋਕਪਾਲ ਬਿੱਲ ਨੂੰ ਲੈ ਕੇ ਵੀ ਧਰਨੇ ਪ੍ਰਦਰਸ਼ਨ ਚੱਲ ਰਹੇ ਸੀ ਤਾਂ ਅਰਵਿੰਦ ਕੇਜਰੀਵਾਲ ਨਾਲ ਹਜ਼ਾਰੇ ਹੋਰੀ ਵੀ ਉੱਥੇ ਬੈਠੇ ਸੀ, ਤਾਂ ਕਿਸਾਨ ਆਗੂਆਂ ਦੇ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਉਹ ਕੀ ਚਾਹੁੰਦੇ ਨੇ, ਹੁਣ ਉਹਨਾਂ ਦਾ ਅਗਲਾ ਐਕਸ਼ਨ ਪਲਾਨ ਕੀ ਹੋਊਗਾ, ਡੱਲੇਵਾਲ ਕੀ ਸੋਚ ਰਹੇ ਨੇ ਇਸ ਸਮੇਂ 'ਤੇ, ਸਰਬੱਤ ਸਿੰਘ ਭੰਦੇਰ ਕੀ ਸੋਚ ਰਹੇ ਨੇ ਇਸ ਵੇਲੇ, ਕਿਉਂਕਿ ਪੰਜਾਬ ਹਰਿਆਣਾ ਹਾਈ ਕੋਰਟ ਨੇ ਤਾਂ ਆਪਣਾ ਹੁਕਮ ਸੁਣਾ ਦਿੱਤਾ, ਇੱਕ ਤਰ੍ਹਾਂ ਦਾ ਰਾਸਤਾ ਉਹਨਾਂ ਦੇ ਵਾਸਤੇ ਕਲੀਅਰ ਕਰਵਾ ਦਿੱਤਾ, ਇੱਕ ਹਫ਼ਤੇ ਦੇ ਵਿੱਚ ਹੀ ਇਹ ਸਾਰੀ ਬੈਰੀਕੇਡਿੰਗ ਤਮਾਮ ਉਹਨਾਂ ਨੂੰ ਹਟਾਉਣੀ ਪਵੇਗੀ, ਅਤੇ ਉਸ ਤੋਂ ਬਾਅਦ ਕੀ ਦਿੱਲੀ ਦੇ ਵੱਲ ਕੂਚ ਕਰਨਗੇ ਕਿਸਾਨ,
ਕਿਉਂਕਿ ਜਦੋਂ ਬੈਰੀਕੇਡਿੰਗ ਕੀਤੀ ਗਈ ਸੀ ਤਾਂ ਤੁਹਾਨੂੰ ਚੇਤੇ ਹੋਣਾ ਕਿ ਮਾਰਚ ਅਪ੍ਰੈਲ ਦੇ ਮਹੀਨੇ ਕਿਸਾਨ ਰੇਲਵੇ 'ਤੇ ਵੀ ਸ਼ਿਫਟ ਹੋ ਗਏ ਸੀ, ਉੱਥੇ ਜਾ ਕੇ ਵੀ ਧਰਨੇ ਇਹਨਾਂ ਦੇ ਵੱਲੋਂ ਲਗਾ ਲਏ ਗਏ ਸੀ, ਅਤੇ ਜਦੋਂ ਫਰਵਰੀ ਦੇ ਵਿੱਚ ਨੈਸ਼ਨਲ ਹਾਈਵੇ 44 'ਤੇ ਜਾ ਕੇ ਬੈਠੇ ਸੀ ਤਾਂ ਤਮਾਮ ਆਵਾਜਾਈ 'ਤੇ ਫਰਕ ਪਿਆ ਸੀ, ਲੋਕਾਂ ਦੀ ਆਮ ਜ਼ਿੰਦਗੀ ਜੀਵਨ 'ਤੇ ਵੀ ਫਰਕ ਪਿਆ ਸੀ, ਕਿਉਂਕਿ ਲੋਕ ਖੱਜਲ ਖੁਆਰ ਹੋ ਰਹੇ ਸੀ, ਲੋਕਾਂ ਦੇ ਵੱਲੋਂ ਗੁੱਸਾ ਵੀ ਸੀ ਕਿ ਕਿਸਾਨਾਂ 'ਤੇ ਵੀ ਸੀ, ਸਰਕਾਰਾਂ 'ਤੇ ਵੀ ਸੀ, ਕਿਸਾਨਾਂ 'ਤੇ ਇਸ ਤਰੀਕੇ ਕਰਕੇ ਜ਼ਿਆਦਾ ਸੀ ਕਿਉਂਕਿ ਇੱਕ ਤਰ੍ਹਾਂ ਦੀ ਪਰਸੈਪਸ਼ਨ ਲੋਕਾਂ ਦੇ ਵਿੱਚ ਗਈ ਹੋਈ ਹੈ ਕਿ ਕੋਈ ਮਾੜੀ ਮੋਟੀ ਗੱਲ ਹੁੰਦੀ ਹੈ ਕਿਸਾਨ ਧਰਨੇ ਪ੍ਰਦਰਸ਼ਨਾਂ 'ਤੇ ਜਾ ਕੇ ਬੈਠ ਜਾਂਦੇ ਨੇ, ਪਰ ਇਹ ਕਿਸਾਨਾਂ ਦੇ ਹੱਕ ਦੇ ਵਿੱਚ ਵੱਡਾ ਫੈਸਲਾ ਇਸ ਨੂੰ ਕਿਹਾ ਜਾ ਸਕਦਾ ਕਿਉਂਕਿ ਕਿਸਾਨ ਲੰਬੇ ਸਮੇਂ ਤੋਂ ਬੈਠੇ ਸੀ। ਇਹ ਵੀ ਕਿਹਾ ਜਾ ਰਿਹਾ ਸੀ ਕਿ ਇਹ ਸਪੌਂਸਰਡ ਧਰਨਾ ਹੈ, ਇੱਥੋਂ ਤੱਕ ਇਹ ਇਲਜ਼ਾਮ ਲੱਗੇ ਕਿ ਜਿਹੜਾ ਇਹ ਮੋਰਚਾ ਲੱਗਿਆ ਹੁਣ ਸ਼ੰਭੂ ਬਾਰਡਰ 'ਤੇ ਇਹ ਇੱਕ ਸਪੌਂਸਰਡ ਹੈ, ਇਹ ਥੋੜ੍ਹੇ ਦਿਨਾਂ ਦੀ ਖੇਡ ਹੈ, ਇਹ ਥੋੜ੍ਹੇ ਦਿਨਾਂ ਬਾਅਦ ਉੱਠ ਜਾਣਗੇ, ਪਰ ਕਿਸਾਨ ਡਟੇ ਰਹੇ, ਕਿਸਾਨ ਉੱਥੇ ਬੈਠੇ ਰਹੇ, ਲਗਾਤਾਰ ਪ੍ਰਦਰਸ਼ਨ ਉਹਨਾਂ ਦੇ ਵੱਲੋਂ ਜਾਰੀ ਕੀਤਾ ਗਿਆ, ਸਮੇਂ ਸਮੇਂ 'ਤੇ ਕਈ ਫੇਜ਼ਿਸ ਦੇ ਵਿੱਚ ਲੜਾਈਆਂ ਉਹਨਾਂ ਦੇ ਵੱਲੋਂ ਪ੍ਰਸ਼ਾਸਨਿਕ ਢੰਗ ਤਰੀਕਿਆਂ ਦੇ ਨਾਲ ਵੀ ਲੜੀ ਗਈ, ਮੀਟਿੰਗਾਂ ਦਾ ਦੌਰ ਵੀ ਚੱਲਿਆ, ਅਰਜੁਨ ਮੁੰਡਾ ਹੋ ਰਹੀ, ਪਿਊਸ਼ ਗੋਇਲ ਹੋ ਰਹੀ, ਦਿੱਲੀ ਤੋਂ ਫਲਾਈਟਾਂ ਫੜ ਫੜ ਕੇ ਪੰਜਾਬ ਭਵਨ ਆਉਂਦੇ ਰਹੇ, ਮੁੱਖ ਮੰਤਰੀ ਭਗਵੰਤ ਮਾਨ ਵਿਚੋਲਗੀ ਕਰਾਉਂਦੇ ਰਹੇ, ਪਰ ਕੋਈ ਹੱਲ, ਕੋਈ ਹੀਲਾ, ਕੋਈ ਸਿੱਟਾ ਕਿਸੇ ਅੰਜਾਮ ਤੀਕਰੇ ਗੱਲ ਨਹੀਂ ਪਹੁੰਚੀ, ਅਤੇ ਉਸ ਤੋਂ ਬਾਅਦ ਅਦਾਲਤਾਂ ਦੇ ਵਿੱਚ ਇਹ ਫੈਸਲਾ ਜਾਂਦਾ, ਸਥਾਨਕ ਲੋਕ ਪਟੀਸ਼ਨਾਂ ਪਾਉਂਦੇ ਨੇ ਜਿਸ ਦੇ ਵਿੱਚ ਪੰਜਾਬ ਸਰਕਾਰ ਨੂੰ ਵੀ ਧਿਰ ਬਣਾਇਆ ਗਿਆ ਸੀ, ਸਰਵਨ ਸਿੰਘ ਪੰਧੇਰ ਨੂੰ ਵੀ ਧਿਰ ਬਣਾਇਆ ਗਿਆ ਸੀ, ਜਗਜੀਤ ਸਿੰਘ ਡੱਲੇਵਾਲ ਹੋਰਾਂ ਨੂੰ ਵੀ ਧਿਰ ਬਣਾਇਆ ਗਿਆ ਸੀ, ਅਤੇ ਇਹਨਾਂ ਤਮਾਮ ਧਿਰਾਂ ਨੂੰ ਲੈ ਕੇ ਅਦਾਲਤਾਂ ਦੇ ਵਿੱਚ ਪੇਸ਼ੀਆਂ ਹੁੰਦੀਆਂ ਨੇ, ਦਲੀਲਾਂ ਚੱਲਦੀਆਂ ਨੇ, ਤਮਾਮ ਇੱਕ ਦੂਜੇ ਨੂੰ ਲੈ ਕੇ ਇਹ ਸਾਰੀਆਂ ਗੱਲਾਂ ਸਾਹਮਣੇ ਰੱਖੀਆਂ, ਅਤੇ ਉਸ ਤੋਂ ਬਾਅਦ ਹੁਣ ਪੰਜਾਬ ਹਰਿਆਣਾ ਹਾਈ ਕੋਰਟ ਦੇ ਵੱਲੋਂ ਇਹ ਹੁਕਮ ਸੁਣਾ ਦਿੱਤੇ ਗਏ ਨੇ ਕਿ ਕਿਸਾਨਾਂ ਨੂੰ ਰੋਕਣ ਦੇ ਵਾਸਤੇ ਜਿਹੜੇ ਬੈਰੀਕੇਡ ਲਗਾਏ ਗਏ ਨੇ, ਜਿਹੜੀ 7 ਲੇਅਰ ਦੀ ਬੈਰੀਕੇਡਿੰਗ ਕੀਤੀ ਗਈ ਹੈ, ਉਹਨਾਂ ਨੂੰ ਹਟਾ ਦਿੱਤਾ ਜਾਵੇ ਤਾਂ ਜੋ ਆਮ ਜਨਜੀਵਨ ਜਿਹੜਾ ਪ੍ਰਭਾਵਿਤ ਹੋਇਆ ਪਿਛਲੇ 5 ਮਹੀਨਿਆਂ ਤੋਂ, ਜਿਹੜੇ ਲੋਕ ਖੱਜਲ ਖੁਆਰ ਹੋ ਰਹੇ ਨੇ, ਸਥਾਨਕ ਲੋਕ ਨੇ, ਉਹਨਾਂ ਦੀ ਕੀ ਗਲਤੀ ਹੈ, ਉਹ ਕਿਉਂ ਭੁਗਤ ਰਹੇ ਨੇ, ਇਹ ਤਮਾਮ ਜਿਹੜੇ ਸਵਾਲ ਜਦੋਂ ਪੰਜਾਬ ਹਰਿਆਣਾ ਹਾਈਕੋਰਟ ਦੇ ਵਿੱਚ ਜਾ ਕੇ ਖੜ੍ਹੇ ਹੁੰਦੇ ਨੇ ਤਾਂ ਉਸ 'ਤੇ ਜੱਜ ਸਾਹਿਬ ਹੋਰਾਂ ਨੇ ਫੈਸਲਾ ਸੁਣਾਉਂਦਿਆਂ ਕਿਹਾ ਕਿ 7 ਦਿਨਾਂ ਦੇ ਵਿੱਚ ਯਾਨੀ ਕਿ ਇੱਕ ਹਫ਼ਤੇ ਦੇ ਵਿੱਚ ਉਹ ਬੈਰੀਕੇਡਿੰਗ ਹਟਾ ਦਿੱਤੀ ਜਾਵੇ, ਉਹ ਬੈਰੀਕੇਡਿੰਗ ਹਟਾ ਦਿੱਤੀ ਜਾਵੇ, ਅਤੇ ਜਿਸ ਤੋਂ ਬਾਅਦ ਜਿਹੜਾ ਆਮ ਜਨਜੀਵਨ ਹੈ ਉਹ ਫਿਰ ਤੋਂ ਇੱਕ ਵਾਰ ਚੱਲਦਾ ਰਹੇ, ਅਤੇ ਇਸ ਤੋਂ ਬਾਅਦ ਹੁਣ ਦੇਖਣਾ ਹੋਵੇਗਾ ਕਿ ਕਦੋਂ ਤੱਕ ਇਹ ਬੈਰੀਕੇਡਿੰਗ ਹਟਾਈ ਦਿੱਤੀ ਜਾਂਦੀ ਹੈ, ਕਿਉਂਕਿ ਮਨੋਹਰ ਲਾਲ ਖੱਟਰ ਹੁਣ ਬਿਜਲੀ ਮੰਤਰੀ ਬਣਾਇਆ ਗਿਆ, ਕੇਂਦਰ ਦੇ ਵਿੱਚ ਉਹਨਾਂ ਦਾ ਜੋ ਹੈ ਚਲਾ ਗਿਆ, ਕੇਂਦਰ ਦੇ ਵਿੱਚ ਮੰਤਰੀ ਅਹੁਦੇ 'ਤੇ ਬੈਠ ਗਏ ਨੇ, ਅਤੇ ਇਸ ਦੇ ਨਾਲ ਸ਼ਿਵਰਾਜ ਚੌਹਾਨ ਉਹ ਨਵੇਂ ਖੇਤੀਬਾੜੀ ਮੰਤਰੀ ਬਣ ਗਏ ਨੇ, ਕਿ ਮੀਟਿੰਗਾਂ ਦਾ ਸਿਲਸਿਲਾ ਦੁਬਾਰਾ ਸ਼ੁਰੂ ਹੋਏਗਾ ਜੇਕਰ ਕਿਸਾਨ ਮੋੜ ਤੋਂ ਇੱਕ ਵਾਰ ਦਿੱਲੀ ਜਾਣ ਦੀ ਆਪਣੀ ਜ਼ਿੱਦ ਨੂੰ ਫਿਰ ਤੇਜ਼ ਕਰਦੇ ਨੇ, ਮੰਗਾਂ ਦੇ ਲਈ ਜਾਂਦੇ ਨੇ, ਤਾਂ ਕੀ ਸ਼ਿਵਰਾਜ ਚੌਹਾਨ ਪਹਿਲ ਦੇ ਆਧਾਰ 'ਤੇ ਅੱਗੇ ਆਉਣਗੇ, ਗੱਲਬਾਤ ਦਾ ਸੱਦਾ ਪ੍ਰਪੋਜ਼ਲ ਦੇਣਗੇ ਜਾਂ ਨਹੀਂ, ਇਹ ਦੇਖਣ ਵਾਲੀ ਗੱਲ ਹੋਣੀ ਹੈ। ਪਰ ਇਸ ਵੇਲੇ ਦੀ ਬਹੁਤ ਵੱਡੀ ਖਬਰ ਹੈ ਕਿ ਸ਼ੰਭੂ ਬਾਰਡਰ, ਜਿਹੜੇ ਤੁਹਾਡੇ ਸਾਥੀ ਸੰਗੀ ਵੀ ਤੁਹਾਨੂੰ ਫੋਨ ਕਰ ਕਰ ਪੁੱਛਦੇ ਹੋਣਗੇ ਕਿ ਯਾਰ ਸ਼ੰਭੂ ਬਾਰਡਰ ਤਾਂ ਬੰਦ ਹੈ, ਕੋਈ ਰਸਤਾ ਪੰਜਾਬ ਤੋਂ ਹਰਿਆਣਾ ਜਾਣ ਦੇ ਵੱਲ ਦਾ ਦੱਸ ਦਿੱਤਾ ਜਾਵੇ, ਤਾਂ ਤੁਸੀਂ ਦੱਸਦੇ ਹੋਵੋਗੇ ਕਿ ਭਾਈ ਲਾਲੜੂ ਸਣੀਏ ਚਲਾ ਜਾਂ ਪੰਚਕੂਲੇ ਜ਼ਰੀਏ ਚਲਾ ਜਾ, ਤਾਂ ਉਹ ਜਿਹੜਾ ਹੁਣ ਮੇਨ ਹਾਈਵੇ ਹੈ ਸ਼ੰਭੂ ਬਾਰਡਰ ਵਾਲਾ, ਜਿਹੜਾ ਮੇਨ ਹਾਈਵੇ ਹੈ ਸ਼ੰਭੂ ਟੋਲ ਪਲਾਜ਼ੇ ਵਾਲਾ, ਉਹ ਇੱਕ ਹਫ਼ਤੇ ਦੇ ਵਿੱਚ ਖੁੱਲ੍ਹਣ ਜਾ ਰਿਹਾ, ਟੋਲ ਪਲਾਜ਼ਾ ਇੱਕ ਵਾਰ ਫਿਰ ਤੋਂ ਉੱਥੇ ਮੁੜ ਤੋਂ ਐਕਟਿਵ ਹੋ ਜਾਏਗਾ, ਅਤੇ ਜਿਹੜੇ ਕਿਸਾਨਾਂ ਦਾ ਧਰਨਾ, ਸ਼ਾਇਦ ਕਿਸਾਨ ਉਸ 'ਤੇ ਅੱਗੇ ਮੂਵ ਕਰ ਸਕਦੇ ਨੇ ਦਿੱਲੀ ਵੱਲ ਨੂੰ, ਜਾਂ ਅੱਗੇ ਉਹਨਾਂ ਦਾ ਕੀ ਰੋਡ ਮੈਪ ਹੋਏਗਾ ਇਹ ਆਉਣ ਵਾਲਾ ਸਮਾਂ ਤੈਅ ਕਰੇਗਾ।